ਰੱਖੜੀ ਦਾ ਤਿਉਹਾਰ ਦੇਸ਼ ਭਰ ਵਿੱਚ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ। ਉੱਥੇ ਹੀ ਰੱਖੜੀ ਦੇ ਤਿਉਹਾਰ ਵਾਲੇ ਦਿਨ ਭੈਣਾਂ ਨੂੰ ਵੀ ਆਪਣੇ ਭਰਾਵਾਂ ਦੀ ਉਡੀਕ ਰਹਿੰਦੀ ਹੈ ਕਿ ਉਹ ਆਉਣ ਤੇ ਉਹਨਾਂ ਦੇ ਕੋਲੋਂ ਰੱਖੜੀ ਬਣਵਾਉਣ, ਪਰ ਕੁਝ ਅਜਿਹੇ ਬਦਨਸੀਬ ਭਰਾ ਹਨ ਜਿਨ੍ਹਾਂ ਦੀ ਗੁੱਟ ਤੇ ਰੱਖੜੀ ਨਹੀਂ ਬੰਨੀ ਦਿਖਾਈ ਦਿੰਦੀ। ਉੱਥੇ ਕੁਝ ਅਜਿਹੀਆਂ ਭੈਣਾਂ ਵੀ ਹਨ ਜਿਹੜੀਆਂ ਸਮਾਜ ਤੋਂ ਦੁਤਕਾਰੀਆਂ ਜਾਂਦੀਆਂ ਹਨ ਤੇ ਉਹ ਭਰਾਵਾਂ ਦੀ ਉਡੀਕ ਕਰਦੀਆਂ ਰਹਿੰਦੀਆਂ ਹਨ ਕਿ ਸਾਡੇ ਕੋਲੋਂ ਵੀ ਭਰਾ ਸਾਡੇ ਰੱਖੜੀ ਬਣਾਉਣ ਦੇ ਲਈ ਆਉਣਗੇ, ਪਰ ਭਰਾ ਉਹਨਾਂ ਦੇ ਕੋਲ ਰੱਖੜੀ ਬਣਾਉਣ ਵਾਸਤੇ ਨਹੀਂ ਆਉਂਦੇ। ਅੱਜ ਤੁਹਾਨੂੰ ਅਜਿਹੀ ਜਗ੍ਹਾ ਤੇ ਲੈ ਕੇ ਜਾ ਰਿਹਾ ਜਿੱਥੇ ਵੇਖ ਕੇ ਤੁਹਾਡੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਜਾਣਗੇ। ਬੇਆਸਰਿਆਂ ਦੇ ਆਸਰਾ ਆਸ਼ਰਮ ਦੇ ਵਿੱਚ ਅੱਜ ਰੱਖੜੀ ਦੇ ਤਿਉਹਾਰ ਤੇ ਹੈਲਪਿੰਗ ਹੈਂਡਸ ਪੰਜਾਬ NGO ਦੇ ਆਗੂ ਆਪਣੀ ਟੀਮ ਦੇ ਨਾਲ ਪੁੱਜੇ। ਤੁਹਾਨੂੰ ਦੱਸ ਦਈਏ ਕਿ ਬੇਆਸਰਿਆਂ ਦੇ ਆਸਰਾ ਆਸ਼ਰਮ ਅੰਮ੍ਰਿਤਸਰ ਦੇ ਨਵਾਂ ਪਿੰਡ ਮਹਿਤਾ ਰੋਡ ਤੇ ਹੈ, ਜਿਸ ਦੇ ਵਿੱਚ ਕਈ ਬੇਸਹਾਰਾ, ਮੰਦ ਬੁੱਧੀ, ਹੈਂਡੀਕੈਪ ਅਤੇ ਹੋਰ ਵੀ ਕਈ ਬਜ਼ੁਰਗ ਅਤੇ ਜਵਾਨ ਮਹਿਲਾਵਾਂ ਤੇ ਭੈਣਾਂ ਰਹਿੰਦੀਆਂ ਹਨ। ਉੱਥੇ ਹੀ ਇਹਨਾਂ ਨੂੰ ਵੀ ਉਡੀਕ ਰਹਿੰਦੀ ਹੈ ਕਿ ਕਦੋਂ ਉਹਨਾਂ ਦੇ ਭਰਾ ਜਾਂ ਘਰ ਦੇ ਜੀ ਆਉਣਗੇ ਤੇ ਉਹਨਾਂ ਦੇ ਕੋਲੋਂ ਰੱਖੜੀ ਬਣਵਾਉਣਗੇ, ਪਰ ਇਹਨਾਂ ਦੇ ਭਰਾਵਾਂ ਵੱਲੋਂ ਆਪਣੀਆਂ ਭੈਣਾਂ ਨੂੰ ਇਹ ਕਹਿ ਕੇ ਘਰੋਂ ਕੱਢ ਦਿੱਤਾ ਜਾਂਦਾ ਹੈ ਕਿ ਇਹ ਮੰਦ ਬੁੱਧੀ ਹਨ ਜਾਂ ਹੈਂਡੀਕੈਪ ਹਨ, ਇਹ ਜੀਣ ਦੇ ਲਾਇਕ ਨਹੀਂ ਹਨ। ਪਰ ਉੱਥੇ ਹੀ ਇਹ ਬੇਸਹਾਰਿਆਂ ਦੇ ਆਸਰਾ ਆਸ਼ਰਮ ਨੇ ਇਹਨਾਂ ਨੂੰ ਸਹਾਰਾ ਦਿੱਤਾ ਤੇ ਇਹਨਾਂ ਨੂੰ ਜੀਣ ਦਾ ਵੱਲ ਵੀ ਦਿੱਤਾ। ਇਹ ਭੈਣਾਂ ਅੱਜ ਰੱਖੜੀ ਦੇ ਦਿਨ ਤੇ ਆਪਣੇ ਭਰਾਵਾਂ ਨੂੰ ਉਡੀਕਦੀਆਂ ਪਈਆਂ ਸਨ ਤੇ ਇਹਨਾਂ ਦੀਆਂ ਅੱਖਾਂ ਵੀ ਨਮ ਹੋਈਆਂ ਪਈਆਂ ਸਨ ਕਿ ਇਹਨਾਂ ਦੇ ਭਰਾ ਵੀ ਕਿਤੇ ਆ ਕੇ ਇਹਨਾਂ ਦੇ ਕੋਲੋਂ ਰੱਖੜੀ ਬਣਵਾਉਣਗੇ ਤੇ ਇਹਨਾਂ ਦੇ ਚਿਹਰੇ ਤੇ ਖੁਸ਼ੀ ਲਿਆਉਣਗੇ। ਉੱਥੇ ਹੀ ਆਸ਼ਰਮ ਨੂੰ ਚਲਾ ਰਹੇ ਬਾਬਾ ਬਲਜੀਤ ਸਿੰਘ ਜੀ ਨੇ ਕਿਹਾ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਤੇਜੀ ਰੰਧਾਵਾ ਇਹਨਾਂ ਬੱਚਿਆਂ ਦੇ ਕੋਲ ਰੱਖੜੀ ਬਣਾਉਣ ਦੇ ਲਈ ਆ ਰਿਹਾ ਹੈ ਤੇ ਮੈਨੂੰ ਤੇ ਖੁਸ਼ੀ ਹੋਈ, ਪਰ ਸਭ ਤੋਂ ਜ਼ਿਆਦਾ ਖੁਸ਼ੀ ਇਹਨਾਂ ਬੱਚਿਆਂ ਨੂੰ ਹੋਈ ਜਿਨ੍ਹਾਂ ਨੇ ਆਪਣੇ ਭਰਾਵਾਂ ਦੇ ਗੁੱਟਾਂ ਤੇ ਰੱਖੜੀ ਬੰਨ ਕੇ ਆਪਣੇ ਚਾਅ ਪੂਰੇ ਕੀਤੇ। ਇਸ ਤੋਂ ਵੱਡਾ ਖੁਸ਼ੀ ਦਾ ਹੋਰ ਕੋਈ ਠਿਕਾਣਾ ਨਹੀਂ। ਮੇਰਾ ਨਾਮ ਤੇਜੀ ਰੰਧਾਵਾ, ਅਸੀਂ ਹੈਲਪਿੰਗ ਹੈਂਡ ਪੰਜਾਬ NGO ਚਲਾਉਂਦੇ ਹਾਂ। ਅੱਜ ਦਾ ਦਿਨ ਮਨਾਉਣ ਵਾਸਤੇ ਰੱਖੜੀਆਂ ਦਾ ਤਿਉਹਾਰ ਮਨਾਉਣ ਲਈ ਕਿੱਥੇ ਪਹੁੰਚੀ ਹੋ, ਕਿਵੇਂ ਮਨ ਦੇ ਵਿੱਚ ਵਿਚਾਰ ਹੈ? ਅਸੀਂ ਇੱਥੇ ਇਸ ਰੱਖੜੀ ਦਾ ਤਿਉਹਾਰ ਬੇਆਸਰਿਆਂ ਦੇ ਆਸਰਾ ਆਸ਼ਰਮ ਵਿੱਚ ਪਹੁੰਚੇ ਹਾਂ, ਜਿੱਥੇ ਇਹ ਸਾਡੀਆਂ ਭੈਣਾਂ ਭਰਾਵਾਂ ਆਪਣਿਆਂ ਦੀ ਵੇਟ ਕਰਨ ਡੀਆਂ ਸੀ, ਪਰ ਭਰਾ ਮਾੜੀ ਕਿਸਮਤ ਨੂੰ ਇਹਨਾਂ ਭੈਣਾਂ ਕੋਲ ਨਹੀਂ ਪਹੁੰਚੇ ਵੀ। ਕੀ ਹਾਲਾਤ ਨੇ ਭੈਣਾਂ ਦੇ? ਭੈਣਾਂ ਦੇ ਹਾਲਾਤ, ਚਲੋ ਸਮਾਜ ਵੱਲੋਂ ਤਾਂ ਇਹੋ ਕਿਹਾ ਜਾਂਦਾ ਵੀ ਇਹ ਮਨ ਬੁੱਧੀ ਆ ਜਾਂ ਇਹਨਾਂ ਨੂੰ ਸਮਝ ਨਹੀਂ ਹੈਗੀ ਵੀ, ਜਾਂ ਇਹ ਹੈਂਡੀਕੈਪ ਆ, ਇਹੋ ਸਮਾਜ ਨੇ ਉਹ ਨਕਾਰਿਆ ਗਿਆ ਇਹਨਾਂ ਨੂੰ। ਪਰ ਸਾਨੂੰ ਇਹ ਭੈਣਾਂ ਵਧੀਆ ਲੱਗਦੀਆਂ ਆ ਵੀ ਜਿੱਦਾਂ ਸਾਡੀਆਂ ਅਸਲ ਭੈਣਾਂ ਨਾ, ਉੱਦਾਂ ਹੀ ਸਾਨੂੰ ਇਹ ਭੈਣਾਂ ਲੱਗਦੀਆਂ ਆ। ਜਿੱਥੇ ਹਰ ਇੱਕ ਭੈਣ ਨੂੰ ਆਪਣੇ ਭਰਾ ਦੀ ਵੇਟ ਹੁੰਦੀ ਆ ਨਾ ਵੀ ਸਾਡੇ ਭਰਾ ਨੇ ਰੱਖੜੀ 'ਤੇ ਜਾਂ ਸਾਡੇ ਕੋਲ ਆਉਣਾ ਜਾਂ ਅਸੀਂ ਭਰਾ ਦੇ ਰੱਖੜੀ ਬੰਨਣ ਜਾਣਾ ਹੈ, ਇੱਦਾਂ ਹੀ ਇਹਨਾਂ ਭੈਣਾਂ ਨੂੰ ਵੀ ਆਪਣੇ ਭਰਾਵਾਂ ਦੀ ਵੇਟ ਆ ਵੀ ਸਾਡੇ ਭਰਾ ਆਉਣ ਅਤੇ ਸਾਨੂੰ ਰੱਖੜੀ ਬੰਨਣ। ਪਰ ਉਹ ਭਰਾ ਐਡੇ ਬਦ ਨਸੀਬ ਹੈਗੇ ਆ ਵੀ ਭੈਣਾਂ ਹੁੰਦੇ ਹੋਏ ਵੀ ਆਪਣੇ ਗੁੱਟ ਨਾਲ ਸੁੰਨੇ ਛੱਡੇ ਹੋਏ ਆ। ਤੁਹਾਡੇ ਮਨ ਦੇ ਵਿੱਚ ਵਿਚਾਰ ਕੀ? ਮੇਰੇ ਮਨ 'ਚ ਇਹ ਹੋਇਆ ਵੀ ਅੱਜ ਤੋਂ ਇੱਕ ਦੋ ਦਿਨ ਪਹਿਲਾਂ ਦੀ ਗੱਲ ਆ, ਮੇਰੀ ਗੁੜੀਆ ਨੇ ਮੇਰੀ ਰੱਖੜੀ ਬੰਨੀ ਅਤੇ ਉਹਨੂੰ ਬੜਾ ਚਾਅ ਆਇਆ ਵੀ ਮੈਂ ਨਾ ਆਪਣੇ ਪਾਪਾ ਦੀ ਰੱਖੜੀ ਬੰਨੀ ਆ। ਪਰ ਮੇਰੇ ਮਨ 'ਚ ਵੀ ਇਹ ਖਿਆਲ ਆਇਆ ਵੀ ਜਿੱਥੇ ਮੈਂ ਗੁੜੀਆ ਜਨਮਦਿਨ ਮਨਾਉਣ ਜਾਂਦਾ, ਹਰ ਸਾਲ 3 ਸਾਲ ਹੋ ਗਏ ਆ ਇੱਥੇ ਲਗਾਤਾਰ ਹੀ ਗੁਰੂ ਰਾਮਦਾਸ ਦੀ ਕਿਰਪਾ ਨਾਲ ਜਨਮਦਿਨ ਮਨਾਉਣ ਆਉਣ ਡਿਆ, ਇਸੇ ਤੋਂ ਹੀ ਮੈਨੂੰ ਵੀ ਇਹਨਾਂ ਭੈਣਾਂ ਦਾ ਉਸੇ ਲਈ ਚੇਤਾ ਆਇਆ ਵੀ ਉਹ ਵੀ ਭੈਣਾਂ ਕਿਸੇ ਦੀ ਵੇਟ ਕਰਨ ਡੀਆਂ ਹੋਣਗੀਆਂ ਉੱਥੇ ਬੈਠੀਆਂ ਆਸ਼ਰਮ ਦੇ ਵਿੱਚ ਵੀ ਕੋਈ ਸਾਡਾ ਵੀ ਭਰਾ ਆਵੇ ਤਾਂ ਰੱਖੜੀ ਬੰਨੇ। ਮੈਂ ਬਾਬੇ ਨੂੰ ਫੋਨ ਕੀਤਾ ਵੀ ਕਿਸੇ ਭੈਣਾਂ ਦਾ ਜਾਂ ਕੋਈ ਭਰਾ ਆਉਂਦਾ ਰੱਖੜੀ ਬੰਨ, ਬਾਬੇ ਕਹਿੰਦੇ ਕੋਈ ਨਹੀਂ ਆਉਂਦਾ। ਮੈਂ ਬਾਬੇ ਨੇ ਕਿਹਾ ਵੀ ਮੈਂ ਕੱਲ੍ਹ ਤੁਹਾਡੇ ਕੋਲ ਇਹਨਾਂ ਭੈਣਾਂ ਦਾ ਭਰਾ ਬਣ ਕੇ ਰੱਖੜੀ ਬਣਾਉਣ ਆਉਣ ਲੱਗਾ ਹਾਂ, ਅਤੇ ਭੈਣਾਂ ਵੀ ਪੂਰਾ ਖੁਸ਼ ਹੋਈਆਂ ਵੇਖ ਕੇ ਵੀ ਸਾਡਾ ਭਰਾ ਰੱਖੜੀ ਬਣਾਉਣ ਆਇਆ ਆ। ਅਤੇ 5 ਭੈਣਾਂ ਨੇ ਮੈਨੂੰ ਬਹੁਤ ਹੀ ਦੁਆਵਾਂ ਦਿੱਤੀਆਂ ਆ, ਇਹ ਥੋੜ੍ਹੇ ਪੈਸੇ ਵਿੱਚ ਬਹੁਤ ਦੁਆਵਾਂ ਲੈ ਕੇ ਚੱਲਿਆ ਮੈਂ ਇੱਥੋਂ, ਅਤੇ ਇਹੋ ਮੈਂ ਅਪੀਲ ਕਰਦਾ ਹਾਂ ਵੀ ਤੁਸੀਂ ਵੀ ਇਹਨਾਂ ਆਸ਼ਰਮਾਂ ਵਿੱਚ ਭੈਣਾਂ ਕੋਲ, ਮਾਵਾਂ ਕੋਲ ਜ਼ਰੂਰ ਪਹੁੰਚੋ ਅਤੇ ਇਹਨਾਂ ਦੀਆਂ ਦੁਆਵਾਂ ਲਓ, ਕਿਉਂਕਿ ਇਹਨਾਂ ਦੀਆਂ ਦੁਆਵਾਂ ਸਾਨੂੰ ਥੋੜ੍ਹੇ ਪੈਸਿਆਂ ਵਿੱਚ ਮਿਲ ਜਾਂਦੀਆਂ ਆ।
ਉਹ ਭੈਣ, ਹਰ ਇੱਕ ਭੈਣ ਇਹੋ ਚਾਹੁੰਦੀ ਵੀ ਮੇਰਾ ਭਰਾ ਮੇਰੇ ਕੋਲ ਰੱਖੜੀ ਬਣਾਇਆ ਕਰੇ। ਇਸੇ ਨੂੰ ਕਰਦੇ ਹੋਏ ਇੱਥੇ ਇੱਕ ਭੈਣ ਆ ਜਿਹਨੇ ਸੋਚਿਆ ਵੀ ਮੇਰਾ ਭਰਾ ਵੀ ਮੇਰੇ ਤੋਂ ਰੱਖੜੀ ਬਣਾਉਂਦਾ ਸੀ, ਅਤੇ ਉਹਦਾ ਇਹੋ ਸੋਚ ਕੇ ਮਨ ਭਰਿਆ ਵੀ ਮੈਂ ਆਪਣੇ ਭਰਾ ਦੀ ਰੱਖੜੀ ਬੰਨ੍ਹੀ, ਪਰ ਮੇਰਾ ਭਰਾ ਨਹੀਂ ਪਹੁੰਚਿਆ ਅਤੇ ਹੋਰ ਕੋਈ ਮੇਰਾ ਭਰਾ ਪਹੁੰਚ ਕੇ ਮੇਰੇ ਕੋਲ ਰੱਖੜੀ ਬਣਾਉਂਦਾ, ਅਤੇ ਉਹਦਾ ਮਨ ਭਰ ਆਇਆ ਭੈਣ ਦਾ ਕਾਫੀ ਜ਼ਿਆਦਾ। ਇਹੀ ਕੋਸ਼ਿਸ਼ ਕਰਾਂਗੇ ਜਿੱਥੇ ਮੈਂ ਆਪਣੀ ਗੁੜੀਆ ਦਾ ਜਨਮਦਿਨ ਹਰ ਸਾਲ ਮਨਾਉਂਦਾ ਅਤੇ ਮੈਂ ਰੱਖੜੀ ਦਾ ਤਿਉਹਾਰ ਵੀ ਇਹਨਾਂ ਭੈਣਾਂ ਨਾਲ ਹਰ ਸਾਲ ਮਨਾਉਣ ਆਇਆ ਕਰਾਂਗੇ, ਕਿਉਂਕਿ ਮੈਨੂੰ ਬੜੀ ਖੁਸ਼ੀ ਹੋਈ ਆ ਵੀ ਹਰ ਇੱਕ ਭੈਣ ਨੇ ਬੜੇ ਤਰੀਕੇ ਚੰਗੇ ਤਰੀਕੇ ਨਾਲ ਮੇਰੀ ਰੱਖੜੀ ਬੰਨ੍ਹੀ ਆ, ਮੈਨੂੰ ਮਿੱਠਾ ਖਵਾਇਆ ਆ, ਅਤੇ ਜੋ ਇੱਕ ਭੈਣ ਆਪਣੇ ਭਰਾ ਵਾਸਤੇ ਕਰਦੀ ਆ ਉਹ ਭੈਣਾਂ ਨੇ ਆਪਣੇ ਭਰਾ ਵਾਸਤੇ ਬਹੁਤ ਹੀ ਚਾਅ ਕੀਤਾ ਅਤੇ ਬਹੁਤ ਦੁਆਵਾਂ ਦਿੱਤੀਆਂ ਆ। ਮੈਂ ਤਾਂ ਇਹੋ ਪਰਿਵਾਰਾਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਇਹ ਭੈਣਾਂ ਅਤੇ ਮਾਵਾਂ ਜਿਹੜੀਆਂ ਆ ਇਸ ਵਕਤ ਮਨ ਬੁੱਧੀ ਨਹੀਂ ਰਹੀਆਂ, ਵੀ ਇਹ ਵੀ ਤੁਹਾਡੀਆਂ ਉਡੀਕ ਕਰਨ ਡੀਆਂ ਆ, ਤੁਹਾਡੇ ਪੁੱਤਾਂ ਦੀਆਂ ਉਡੀਕ ਕਰਨ ਡੀਆਂ, ਆਪਣੇ ਭਰਾਵਾਂ ਦੀ ਉਡੀਕ ਕਰਨ ਡੀਆਂ। ਮੈਂ ਤਾਂ ਕਹਿੰਦਾ ਇਹੋ ਹੱਥ ਪਹਿਣਾ ਵੀ ਜੇ ਆਪਾਂ ਇਹਨਾਂ ਭੈਣਾਂ ਦੇ ਭਰਾਵਾਂ ਨੂੰ ਸਾਂਭਲਾਂਗੇ ਤਾਂ ਇਹਨਾਂ ਨਾਥ ਆਸ਼ਰਮਾਂ ਦੀ ਲੋੜ ਨਹੀਂ ਪੈਣੀ ਵੀ, ਅਤੇ ਮੈਂ ਇਹੀ ਚਾਹੁੰਦਾ ਵੀ ਇਹਨਾਂ ਨੂੰ ਦਵਾਈ ਕਰਾਈ ਜਾਵੇ। ਇਹ ਹਰ ਇੱਕ ਚੀਜ਼ ਦਾ ਹੱਲ ਹੈਗਾ, ਜੇ ਕੋਈ ਰੋਗ ਆਉਂਦਾ ਆ ਉਹਦਾ ਹੱਲ ਵੀ ਹੈਗਾ ਆ, ਅਤੇ ਮੈਂ ਇਹੀ ਚਾਹੁੰਦਾ ਵੀ ਜੇ ਤੁਹਾਡੇ ਘਰ ਮਨ ਬੁੱਧੀ ਨੇ ਜਨਮ ਲਿਆ ਆ ਉਹਨੂੰ ਆਪਾਂ ਦਵਾਈ ਕਰਾ ਕੇ ਠੀਕ ਵੀ ਕਰ ਸਕਦੇ ਹਾਂ, ਜੇ ਹੈਂਡੀਕੈਪ ਨੇ ਜਨਮ ਲਿਆ ਉਹਨੂੰ ਵੀ ਠੀਕ ਕਰ ਸਕਦੇ ਹਾਂ। ਥੋੜ੍ਹੇ ਦਿਨ ਪਹਿਲੇ ਗੁਰੂ ਨਾਨਕ ਹੋਸਪਿਟਲ ਇੱਕ 7 ਦਿਨ ਦੀ ਕੋਈ ਬੱਚੀ ਛੱਡ ਗਿਆ ਸੀ, ਉਸ ਦੀ ਕਾਰਨ ਕਿ ਇਹ ਚੌਂਕੜੀ ਵੱਜੀ ਹੋਈ ਸੀ ਪਰਿਵਾਰ ਨੂੰ ਇਹ ਵੀ ਇਹ ਹੈਂਡੀਕੈਪ ਆ, ਪਰ ਉਹ ਹੈਂਡੀਕੈਪ ਨਹੀਂ ਸੀ ਗੁੜੀ ਆ, ਉਹਨੂੰ ਉਹਦਾ ਹੱਲ ਹੈਗਾ ਆ। ਅੱਜ ਕੱਲ੍ਹ ਉਹ ਜਿਹੜੇ ਪੈਰ ਜੁੜੇ ਹੋਣ ਜਾਂ ਕੁਛ ਬੂਟ ਬਣ ਜਾਂਦੇ ਆ, ਜੇ ਹਰ ਮਸਲੇ ਦਾ ਹੱਲ ਹੁੰਦਾ, ਇਸ ਕਰਕੇ ਮੈਂ ਉਹ ਕਹਿੰਦਾ ਵੀ ਆਪਣੇ ਪਰਿਵਾਰ ਨੂੰ ਆਪਣੇ ਅੰਗਾਂ ਨੂੰ ਇੱਦਾਂ ਆਸ਼ਰਮਾਂ ਵਿੱਚ ਰਹਿਣ ਲਈ ਨਾ ਛੱਡੋ। ਹਾਂਜੀ ਬਾਬਾ ਜੀ, ਆਪਣਾ ਨਾਮ ਦੱਸ ਕੇ ਲਿਆ। ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਦਾਸ ਕਵਲਜੀਤ ਸਿੰਘ ਬੇਆਸਰਿਆਂ ਦਾ ਆਸਰਾ ਸੇਵਾ ਸੁਸਾਇਟੀ ਤੋਂ। ਹਾਂਜੀ, ਅੱਜ ਤੇਜੀ ਵੀਰ ਇੱਥੇ ਜਿਹੜਾ ਭੈਣਾਂ ਦੇ ਨਾਲ ਤਿਉਹਾਰ ਮਨਾਉਣ ਪਹੁੰਚਿਆ, ਰੱਖੜੀ ਦਾ ਕਿਵੇਂ ਦੇਖਦੇ? ਪਹਿਲਾਂ ਤਾਂ ਮੈਨੂੰ ਧੰਨਵਾਦ ਤੁਹਾਡਾ ਔਰ ਮੇਰੇ ਤੇਜੀ ਭਾਅ ਜੀ ਨੂੰ, ਅੱਜ ਸਾਡੇ ਕੋਲ ਪਹੁੰਚੇ ਨੇ ਅਤੇ ਬੜੀ ਖੁਸ਼ੀ ਹੋਈ, ਬੜੀ ਖੁਸ਼ੀ ਹੋਈ ਕਿ ਤੇਜੀ ਭਾਅ ਜੀ ਨੂੰ ਸਾਡੇ ਕੋਲ ਪਹੁੰਚੇ। ਖੁਸ਼ੀ ਤਾਂ ਉਦੋਂ ਹੋ ਗਈ ਜਦੋਂ ਤੇਜੀ ਭਾਅ ਜੀ ਦੀ ਕੌਲ ਆ ਗਈ, ਕਿਉਂਕਿ ਮੈਂ ਜਦੋਂ ਆਪਣੇ ਬੱਚਿਆਂ ਨੂੰ ਆ ਕੇ ਵਿਹਨਾ ਤਾਂ ਰੂਹ ਮੂੰਹ ਮਝਾਏ ਪਏ ਇਸ ਚੀਜ਼ 'ਤੇ। ਮੈਨੂੰ ਕਿਹੜੇ ਦੋ ਬੱਚਿਆਂ ਨੇ ਕਿਹਾ ਰੱਖੜੀ ਦਾ ਕੀ ਮਾਹੌਲ ਹੈ, ਮੈਂ ਪੁੱਤ ਕੋਈ ਨਹੀਂ ਕੋਈ ਰੂਹ ਆਏਗੀ, ਤਾਂ ਪਰ ਉਹ ਅਚਾਨਕ ਤੇਜੀ ਭਾਈ ਦੀ ਕੌਲ ਆ ਗਈ ਕਿ ਮੈਂ ਰੱਖੜੀ ਮਨਾਉਣ ਲਈ ਆ ਰਿਹਾ, ਤਾਂ ਬੜੀ ਖੁਸ਼ੀ ਹੋਈ। ਔਰ ਮੇਰੇ 'ਤੇ ਜਿਹੜੀ ਖੁਸ਼ੀ ਹੋਣੀ ਨੈਚੁਰਲੀ ਗੱਲ ਆ, ਪਰ ਮੇਰੇ ਬੱਚਿਆਂ ਦੇ ਤੁਸੀਂ ਵੀਡੀਓ 'ਤੇ ਦੇਖ ਹੀ ਰਹੇ ਹੋ ਕਿਤੇ ਨੈਚੁਰਲੀ ਖੁਸ਼ੀ ਤੁਸੀਂ ਦਿਖ ਰਹੀ ਬੱਚੇ ਦੇ, ਸਤਿਗੁਰ ਦੀ ਚੜ੍ਹਦੀ ਕਲਾ ਮੇਰੇ ਬੱਚਿਆਂ 'ਤੇ। ਹਾਂ ਉਹ ਮਨ ਇਹੀ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮਨ ਭਰਿਆ ਇਹਦਾ ਮਤਲਬ ਕਿ ਕਈ ਬੱਚੇ ਕਹਿੰਦੇ ਕਿ ਮੈਂਟਲੀ ਆ ਆਸ਼ਰਮ 'ਚ ਚੱਲ ਜਾਂਦੇ, ਮੈਂਟਲੀ ਨਹੀਂ ਹੁੰਦੇ, ਜੇ ਮੈਂਟਲੀ ਹੁੰਦਾ ਤਾਂ ਜਜ਼ਬਾਤੀ ਨਹੀਂ ਬੱਝਾ ਹੁੰਦਾ, ਤਾਂ ਜਜ਼ਬਾਤੀ ਦੇ ਅੱਖਾਂ 'ਚ ਇੱਥੋਂ ਤਾਂ ਹੀ ਆਏ ਨਾ, ਉਹ ਰੱਖੜੀ ਬੰਨਦੇ ਬੰਨਦੇ ਤੁਸੀਂ ਦੇਖਿਆ ਉਹਦੇ ਗੁੱਟ 'ਤੇ ਕਿਸੇ ਵੀ ਭੈਣ ਨੇ ਕੋਈ ਗੰਢ ਗਲਤ ਨਹੀਂ ਮਾਰੀ, ਔਰ ਰੱਖੜੀਆਂ ਸਹੀ ਬਣੀਆਂ, ਸਾਰੀਆਂ ਹੀ ਮੈਂਟਲੀ ਨਹੀਂ ਹੈ, ਠੀਕ ਨੇ, ਪਰ ਲੋਕਾਂ ਦੇ ਹਾਲਾਤ ਔਰ ਜਿੱਦਾਂ ਵੀ ਘਰ ਦੇ ਹਾਲਾਤ ਆਉਂਦੇ ਇਹਨਾਂ ਨੂੰ ਮੈਂਟਲੀ ਕਰਤਾ, ਤਾਂ ਮੈਂਟਲੀ ਕੋਈ ਨਹੀਂ ਹੁੰਦਾ। ਇਹਨਾਂ ਦੇ ਆਪਣੇ ਭਰਾ ਇੱਥੋਂ ਤਾਂ ਹੁੰਦੇ ਨੇ? ਨਹੀਂ, ਅਜੇ ਤੱਕ ਤਾਂ ਨਹੀਂ ਕੋਈ ਪਹੁੰਚਿਆ, ਫੋਨ ਤੱਕ ਨਹੀਂ ਆਇਆ, ਮੈਂ ਆਸ ਹੈ ਕਿ ਕੋਈ ਪਹੁੰਚੇਗਾ, ਬਾਕੀ ਉਹਦੇ ਰੰਗ ਨੇ, ਜੋ ਚਾਹਿਆ ਤਾਂ ਇਹਨਾਂ ਦੇ ਮਨ 'ਚ ਮਿਹਰ ਪਏਗੀ ਕਿ ਭੈਣਾਂ ਨੂੰ ਮਿਲਣਾ ਵਾ, ਮਿਲਣਾ ਹੋਣ 'ਤੇ ਇਹਨਾਂ ਜਿਹੜੀ ਖੁਸ਼ੀ ਅੱਜ ਤੇਜੀ ਭਾਈ ਨਾਲ ਹੋਈਆਂ ਥੋੜ੍ਹੀ, ਉਹ ਜਦੋਂ ਉਹ ਆਏਗਾ ਉਹ ਡਬਲ ਹੋ ਜਾਏਗੀ ਖੁਸ਼ੀ। ਤੁਹਾਨੂੰ ਪਤਾ ਭੈਣਾਂ ਨਾਲ ਭਰਾ ਮਿਲਦੇ ਰਹਿੰਦੇ, ਖੁਸ਼ੀਆਂ ਮਿਲਦੀਆਂ ਹੁੰਦੀਆਂ ਨੇ। ਕਿੰਨੀਆਂ ਭੈਣਾਂ ਨੇ ਅੱਜ? ਸਾਡੇ ਕੋਲ 25 ਕੁ ਰੂਹਾਂ ਭੈਣਾਂ ਜਿਹਨਾਂ ਨੂੰ ਮੈਂ ਕਹਿੰਦਾ ਉਹ ਹੈਗੀਆਂ ਨੇ। ਅੱਜ ਤੱਕ ਤਾਂ ਨਹੀਂ ਕੋਈ ਪਹੁੰਚਿਆ, ਬਸ ਇਹੀ ਆ ਕਿ ਪਹੁੰਚਦੇ, ਹਾਂ ਠੀਕ ਹੈ ਜੀ ਠੀਕ ਹੈ, ਬਸ ਤੋਂ ਵੱਧ ਕੋਈ ਉਹਨਾਂ ਦਾ ਮੈਸੇਜ ਨਹੀਂ ਮਿਲਦਾ ਕਿ ਅਸੀਂ ਆਉਣਾ ਵਾ ਮਿਲਣਾ ਵਾ। ਬਾਕੀ ਜਿਹੜੇ ਸੰਸਾਰ ਵਿੱਚ ਜਿਹੜੀਆਂ ਸਾਡੀਆਂ ਅੰਜੂ ਵਾਲੇ ਆ ਜਾਂ ਤੇਜੀ ਭਾਅ ਜੀ ਨੇ ਜਾਂ ਨਦੀ ਭਾਅ ਜੀ, ਹੋਰ ਵੀ ਕਈ ਅੰਜੂ, ਉਹ ਪਹੁੰਚਦੇ ਨੇ, ਪਰ ਭਰਾ ਨਹੀਂ ਪਹੁੰਚਦਾ, ਜਿੰਨੀ ਲੋੜ ਆ ਉਹ ਨਹੀਂ ਪਹੁੰਚਦਾ। ਮੈਂ ਇਹੋ ਬੇਨਤੀ ਕਰਾਂਗਾ ਭਰਾਵਾਂ ਨੂੰ, ਜ਼ਰੂਰੀ ਬੇਨਤੀ ਆ ਕਿ ਬਾਹਰ ਜਿਹੜੇ ਉਪਰਾਲੇ ਕਰਦੇ ਨਾ ਆਪਾਂ, ਕਿ ਜਿੱਦਾਂ ਤੇਜੀ ਭਾਈ ਨੇ ਕਿਹਾ ਕਿ ਕੰਜਕਾਂ ਬਣਾਉਂਦੇ ਹਾਂ, ਹੋਰ ਕਈ ਗੱਲਾਂ ਤੁਸੀਂ ਸਮਝ ਸਕਦੇ ਹੋ ਨਾ, ਬਾਹਰ ਸੇਵਾ ਕਰ ਲਓ ਤੁਸੀਂ ਆਪਣੇ ਪਰਿਵਾਰ ਦੀ, ਕਰ ਲਓ, ਤੁਹਾਡੀ ਕੋਈ ਸੇਵਾ ਨਹੀਂ ਹੈਗੀ। ਠੀਕ ਹੈ ਜੀ।